ਚਾਰ ਨੌਜਵਾਨ ਜੋ ਕਿ ਲਾਪਤਾ ਨੇ, ਗੋਤਾਖੋਰਾਂ ਦੇ ਲਗਾਤਾਰ ਇਹਨਾਂ ਦੀ ਭਾਲ ਕੀਤੀ ਜਾ ਰਹੀ ਹੈ। ਦਰਅਸਲ ਜਲੰਧਰ ਤੋਂ ਮੂਰਤੀ ਵਿਸਰਜਨ ਕਰਨ ਆਏ ਸਨ ਇਹ ਨੌਜਵਾਨ। ਮੂਰਤੀ ਵਿਸਰਜਨ ਕਰਨ ਤੋਂ ਬਾਅਦ ਨਹਾਉਂਦੇ ਸਮੇਂ ਇਹ ਹਾਦਸਾ ਵਾਪਰਿਆ। ਜਦੋਂ ਨਹਾਉਂਦੇ ਸਮੇਂ ਨੌਜਵਾਨ ਜੋ ਕਿ ਪਾਣੀ ਦੇ ਵਿੱਚ ਡੁੱਬ ਜਾਂਦੇ ਨੇ। ਪੁਲਿਸ ਦੀਆਂ ਟੀਮਾਂ ਵੀ ਮੌਕੇ 'ਤੇ ਮੌਜੂਦ ਨੇ, ਤੁਹਾਨੂੰ ਮੌਕੇ ਦੀਆਂ ਤਸਵੀਰਾਂ ਵਿਖਾ ਰਹੇ ਹਾਂ। ਪੁਲਿਸ ਮੁਲਾਜ਼ਮ ਅਧਿਕਾਰੀ ਵੀ ਤਸਵੀਰਾਂ ਦੇ ਵਿੱਚ ਵੇਖੇ ਜਾ ਸਕਦੇ ਨੇ। ਦਰਅਸਲ ਬਿਆਸ ਦਰਿਆ ਦੇ ਵਿੱਚ ਚਾਰ ਨੌਜਵਾਨ ਜੋ ਕਿ ਡੁੱਬੇ ਨੇ। ਕਰੀਬ 3 ਘੰਟੇ ਤੋਂ ਇਹ ਚਾਰ ਨੌਜਵਾਨ ਜੋ ਕਿ ਲਾਪਤਾ ਨੇ, ਗੋਤਾਖੋਰਾਂ ਦੀਆਂ ਟੀਮਾਂ ਦੇ ਲਗਾਤਾਰ ਇਹਨਾਂ ਨੌਜਵਾਨਾਂ ਦੀ ਭਾਲ ਕੀਤੀ ਜਾ ਰਹੀ ਹੈ। ਜਲੰਧਰ ਤੋਂ ਮੂਰਤੀ ਵਿਸਰਜਨ ਕਰਨ ਦਰਅਸਲ ਨੌਜਵਾਨ ਆਏ ਸਨ। ਮੂਰਤੀ ਵਿਸਰਜਨ ਕਰਨ ਤੋਂ ਬਾਅਦ ਨਹਾਉਂਦੇ ਸਮੇਂ ਜਿਹੜਾ ਕਿ ਹਾਦਸਾ ਵਾਪਰ ਜਾਂਦਾ, ਜਦੋਂ ਚਾਰ ਨੌਜਵਾਨ ਜੋ ਕਿ ਪਾਣੀ ਦੇ ਵਿੱਚ ਡੁੱਬ ਜਾਂਦੇ ਨੇ। ਪੁਲਿਸ ਦੀਆਂ ਟੀਮਾਂ ਮੌਕੇ 'ਤੇ ਮੌਜੂਦ ਨੇ। ਗੋਤਾਖੋਰਾਂ 'ਚੋਂ ਲਗਾਤਾਰ ਇਹਨਾਂ ਨੌਜਵਾਨਾਂ ਦੀ ਭਾਲ ਕੀਤੀ ਜਾ ਰਹੀ ਹੈ, ਪਰ ਫਿਲਹਾਲ ਨੌਜਵਾਨਾਂ ਦਾ ਕੋਈ ਵੀ ਥੌ ਪਤਾ ਨਹੀਂ ਲੱਗ ਸਕਿਆ। ਤੁਹਾਨੂੰ ਮੌਕੇ ਦੀਆਂ ਅਸੀਂ ਤਸਵੀਰਾਂ ਵਿਖਾ ਰਹੇ ਹਾਂ। ਪੁਲਿਸ ਅਧਿਕਾਰੀ ਤਸਵੀਰਾਂ ਦੇ ਵਿੱਚ ਵੇਖੇ ਜਾ ਸਕਦੇ ਨੇ। ਗੋਤਾਖੋਰਾਂ ਦੀਆਂ ਟੀਮਾਂ ਲਗਾਤਾਰ ਭਾਲ ਦੇ ਵਿੱਚ ਜੁਟੀਆਂ ਹੋਈਆਂ ਨੇ। ਲਗਾਤਾਰ ਚਾਰ ਨੌਜਵਾਨਾਂ ਦੀ ਜੋ ਕਿ ਭਾਲ ਕੀਤੀ ਜਾ ਰਹੀ ਹੈ। ਦਰਅਸਲ ਬਿਆਸ ਦਰਿਆ ਦੇ ਵਿੱਚ ਚਾਰ ਨੌਜਵਾਨ ਡੁੱਬੇ ਨੇ। ਕਰੀਬ 3 ਘੰਟੇ ਹੋ ਚੁੱਕੇ ਨੇ ਜਦੋਂ ਤੋਂ ਇਹ ਲਗਾਤਾਰ ਚਾਰ ਨੌਜਵਾਨ ਲਾਪਤਾ ਨੇ। ਦੱਸਿਆ ਜਾ ਰਿਹਾ ਕਿ ਜਲੰਧਰ ਤੋਂ ਮੂਰਤੀ ਵਿਸਰਜਨ ਕਰਨ ਨੌਜਵਾਨ ਆਏ ਸਨ ਅਤੇ ਮੂਰਤੀ ਵਿਸਰਜਨ ਕਰਨ ਤੋਂ ਬਾਅਦ ਨਹਾਉਂਦੇ ਸਮੇਂ ਹਾਦਸਾ ਵਾਪਰ ਜਾਂਦਾ, ਜਦੋਂ ਕਿ ਚਾਰ ਨੌਜਵਾਨ ਪਾਣੀ ਦੇ ਵਿੱਚ ਡੁੱਬ ਜਾਂਦੇ ਨੇ। ਉਸਦੇ ਬਾਅਦ ਪੁਲਿਸ ਦੀਆਂ ਟੀਮਾਂ ਮੌਕੇ 'ਤੇ ਪਹੁੰਚਦੀਆਂ ਨੇ, ਗੋਤਾਖੋਰਾਂ ਦੀਆਂ ਟੀਮਾਂ ਪਹੁੰਚਦੀਆਂ ਨੇ। ਗੋਤਾਖੋਰਾਂ 'ਚੋਂ ਲਗਾਤਾਰ ਇਹਨਾਂ ਚਾਰ ਨੌਜਵਾਨਾਂ ਦੀ ਭਾਲ ਕੀਤੀ ਜਾ ਰਹੀ। ਇਸੇ ਖਬਰ 'ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਗੁਰਦਰਸ਼ਨ ਜੁੜ ਚੁੱਕੇ ਨੇ। ਗੁਰਦਰਸ਼ਨ, ਤਾਜ਼ਾ ਅਪਡੇਟ ਕੀ ਹੈ? ਅਜੇ ਵੀ ਗੋਤਾਖੋਰਾਂ ਨੂੰ ਭਾਲ ਕੀਤੀ ਜਾ ਰਹੀ ਹੈ, ਕੋਈ ਚਾਰ ਨੌਜਵਾਨਾਂ ਦਾ ਥੋ ਪਤਾ ਲੱਗਿਆ? ਜੀ ਪਰਮਿੰਦਰ, ਪੁਲਿਸ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਪੁਲਿਸ ਪ੍ਰਸ਼ਾਸਨ ਇੱਥੇ ਮੌਜੂਦ ਹੈਗਾ ਔਰ ਨਾਲ ਹੀ ਜਿਹੜਾ ਸਿਵਲ ਪ੍ਰਸ਼ਾਸਨ ਆ ਉਹ ਵੀ ਥੋੜ੍ਹੀ ਹੀ ਦੇਰ ਦੇ ਵਿੱਚ ਪਹੁੰਚ ਰਿਹਾ ਹੈ ਔਰ ਹੁਣ ਤੱਕ ਜਿਹੜਾ ਹੈਗਾ ਪੁਲਿਸ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਕਿ ਇਹਨਾਂ ਨੌਜਵਾਨਾਂ ਦਾ ਕੋਈ ਨਾ ਕੋਈ ਪਤਾ ਚੱਲ ਸਕੇ। ਉਸਦੇ ਵਾਸਤੇ ਬਕਾਇਦਾ SHO ਬਿਆਸ ਔਰ DSP ਬਾਬਕਾਲਾ ਤੋਂ ਲੈ ਕੇ ਜਿਹੜੇ ਆਲਾ ਪੁਲਿਸ ਅਧਿਕਾਰੀ ਨੇ ਉਹ ਵੀ ਇੱਥੇ ਨੇ ਔਰ ਲਗਾਤਾਰ ਜਿਹੜਾ ਹੈਗਾ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਹੈ ਕਿ ਇਹਨਾਂ ਨੌਜਵਾਨਾਂ ਦਾ ਕੁਛ ਨਾ ਕੁਛ ਪਤਾ ਲੱਗੇ ਔਰ ਗੋਤਾਖੋਰ ਜੋ ਲੋਕਲ ਹੈਗੇ ਨੇ ਉਹਨਾਂ ਦੀ ਮਦਦ ਵੀ ਜਿਹੜੀ ਹੈਗੀ ਹੈ ਪੁਲਿਸ ਇੱਥੇ ਲੈ ਰਹੀ ਹੈ। ਲੇਕਿਨ ਹੁਣ ਤੱਕ ਦੀ ਜੇਕਰ ਗੱਲ ਕਰੀਏ ਤਾਂ ਕਰੀਬ 2.5 ਤੋਂ 3 ਘੰਟੇ ਬੀਤ ਚੁੱਕੇ ਨੇ, ਲੇਕਿਨ ਫਿਲਹਾਲ ਚਾਰੇ ਨੌਜਵਾਨ ਜਿਹੜੇ ਨੇ ਉਹ ਲਾਪਤਾ ਨੇ ਔਰ ਪ੍ਰਸ਼ਾਸਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਉਹ ਜਾਰੀ ਨੇ। ਪਰਮਿੰਦਰ, ਗੁਰਦਰਸ਼ਨ, ਵਿਸਥਾਰ ਨਾਲ ਸਮਝਣਾ ਚਾਹਾਂਗੇ ਕਦੋਂ ਕਿਵੇਂ ਇਹ ਹਾਦਸਾ ਵਾਪਰਦਾ ਹੈ, ਚਾਰ ਨੌਜਵਾਨ ਕਿੱਥੋਂ ਦੇ ਰਹਿਣ ਵਾਲੇ ਨੇ? ਪਰਮਿੰਦਰ, ਜੋ ਹੁਣ ਤੱਕ ਜਾਣਕਾਰੀ ਇੱਥੋਂ ਸਾਹਮਣੇ ਆਈ ਹੈਗੀ ਆ ਮੌਕੇ ਦੇ ਉੱਤੇ ਪਹੁੰਚ ਕੇ ਕਿ ਇਹ ਲੋਕ ਜਲੰਧਰ ਤੋਂ ਆਏ ਸਨ ਔਰ ਉਹ ਮੂਰਤੀ ਵਿਸਰਜਨ ਕਰਨ ਦੇ ਲਈ ਕਰੀਬ 50 ਲੋਕ ਜਿਹੜੇ ਨੇ ਉਹ ਟਰੈਕਟਰ ਟਰਾਲੀ ਦੇ ਉੱਤੇ ਸਵਾਰ ਹੋ ਕੇ ਇਸ ਜਗ੍ਹਾ ਦੇ ਉੱਤੇ ਆਏ ਸਨ। ਬਿਆਸ ਦਰਿਆ ਕਿਨਾਰਾ ਜਿਹੜਾ ਕਿ ਅੰਮ੍ਰਿਤਸਰ ਜ਼ਿਲ੍ਹੇ ਦੇ ਅਧੀਨ ਖੇਤਰ ਪੈਂਦਾ ਹੈਗਾ, ਉੱਥੋਂ ਦਾ ਘਟਨਾਕ੍ਰਮ ਹੈਗਾ ਔਰ ਜਦੋਂ ਉਹਨਾਂ ਵੱਲੋਂ ਇੱਥੇ ਮੂਰਤੀ ਵਿਸਰਜਨ ਕੀਤਾ ਜਾ ਰਿਹਾ ਸੀਗਾ ਤਾਂ ਜੋ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈਗਾ ਉਸਦੇ ਅਨੁਸਾਰ ਉਹਨਾਂ ਦਾ ਕਹਿਣਾ ਹੈਗਾ ਕਿ ਚਾਰ ਜਿਹੜੇ ਨੌਜਵਾਨ ਸੀਗੇ ਉਹਨਾਂ ਨੂੰ ਰੋਕਿਆ ਜ਼ਰੂਰ ਸੀਗਾ, ਲੇਕਿਨ ਉਹ ਇੱਕ ਇੱਕ ਕਰਕੇ ਜਿਵੇਂ ਕਿ ਇੱਕ ਕੱਚਾ ਖੇਤਰ ਹੈਗਾ ਦਰਿਆ ਬਿਆਸ ਕੰਢੇ ਦਾ ਜਿਹੜਾ ਇੱਕ ਕੱਚਾ ਪਿਆ ਆਪਾਂ ਕਹਿ ਦਿੰਦੇ ਕਿ ਰਸਤਾ ਜਾਂਦਾ ਹੈ ਤਾਂ ਉਹ ਹੌਲੀ ਹੌਲੀ 3 ਨੌਜਵਾਨ ਜਿਹੜੇ ਸੀਗੇ ਉਹ ਅੱਗੇ ਨੂੰ ਨਿਕਲੇ ਹੈਗੇ ਔਰ ਉਸਦੇ ਨਾਲ ਹੀ ਬਾਕੀ ਦੇ ਜਿਹੜੇ ਨੌਜਵਾਨ ਹੈ ਇੱਕ ਨੌਜਵਾਨ ਫਿਰ ਉਹਨਾਂ ਦੇ ਮਗਰ ਜਾਂਦਾ ਹੈਗਾ ਔਰ ਨਹਾਉਂਦੇ ਸਮੇਂ ਜਿਹੜੀ ਹੈਗੀ ਹੈ ਇਹ ਘਟਨਾ ਜਿਹੜੀ ਮੰਦਭਾਗੀ ਘਟਨਾ ਜਿਹੜੀ ਹੈਗੀ ਹੈ ਵਾਪਰੀ ਹੈਗੀ ਹੈ। ਪਰਮਿੰਦਰ, ਠੀਕ ਹੈ ਗੁਰਦਰਸ਼ਨ, ਫਿਲਹਾਲ ਦੀ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ। ਬਿਆਸ ਦਰਿਆ ਦੇ ਦਰਅਸਲ 4 ਨੌਜਵਾਨ ਡੁੱਬੇ ਨੇ, ਤੁਹਾਨੂੰ ਨੌਜਵਾਨਾਂ ਦੀ ਅਸੀਂ ਫਾਈਲ ਤਸਵੀਰਾਂ ਵੀ ਵਿਖਾ ਰਹੇ ਹਾਂ। ਦਰਅਸਲ ਕਰੀਬ 3 ਘੰਟੇ ਤੋਂ ਇਹ 4 ਨੌਜਵਾਨ ਜੋ ਕਿ ਲਾਪਤਾ ਨੇ, ਗੋਤਾਖੋਰਾਂ ਨੂੰ ਲਗਾਤਾਰ ਭਾਲ ਕੀਤੀ ਜਾ ਰਹੀ ਹੈ। ਪੁਲਿਸ ਦੀਆਂ ਟੀਮਾਂ ਮੌਕੇ 'ਤੇ ਮੌਜੂਦ ਨੇ। ਜੋ ਹੁਣ ਤੱਕ ਦੀ ਜਾਣਕਾਰੀ ਸਾਹਮਣੇ, ਜਿਵੇਂ ਕਿ ਸਾਡੇ ਸਹਿਯੋਗੀ ਗੁਰਦਰਸ਼ਨ ਵੀ ਜਾਣਕਾਰੀ ਦੇ ਰਹੇ ਸਨ ਕਿ ਜਲੰਧਰ ਤੋਂ ਮੂਰਤੀ ਵਿਸਰਜਨ ਕਰਨ ਨੌਜਵਾਨ ਆਏ ਸਨ ਅਤੇ ਮੂਰਤੀ ਵਿਸਰਜਨ ਕਰਨ ਤੋਂ ਬਾਅਦ ਇਹ ਨਹਾਉਣ ਲੱਗ ਪੈਂਦੇ ਨੇ। ਨਹਾਉਂਦੇ ਸਮੇਂ ਇਹ ਹਾਦਸਾ ਵਾਪਰ ਜਾਂਦਾ ਜਦੋਂ ਚਾਰੇ ਨੌਜਵਾਨ ਬਿਆਸ ਦਰਿਆ ਦੇ ਵਿੱਚ ਡੁੱਬ ਜਾਂਦੇ ਨੇ। ਉਸ ਤੋਂ ਬਾਅਦ 'ਚ ਗੋਤਾਖੋਰਾਂ ਦੀਆਂ ਟੀਮਾਂ ਮੌਕੇ 'ਤੇ ਪਹੁੰਚਦੀਆਂ ਨੇ, ਪੁਲਿਸ ਦੀਆਂ ਟੀਮਾਂ ਮੌਕੇ 'ਤੇ ਪਹੁੰਚਦੀਆਂ ਨੇ ਅਤੇ ਲਗਾਤਾਰ ਇਹਨਾਂ 4 ਨੌਜਵਾਨਾਂ ਦੀ ਭਾਲ ਕੀਤੀ ਜਾ ਰਹੀ ਹੈ, ਪਰ ਅਜੇ ਤੱਕ
ਇਹਨਾਂ ਨੌਜਵਾਨਾਂ ਦਾ ਕੋਈ ਵੀ ਥੌ ਪਤਾ ਨਹੀਂ ਲੱਗ ਸਕਿਆ। ਬਿਆਸ ਦਰਿਆ ਤੋਂ ਇੱਕ ਵੱਡੀ ਖਬਰ ਜਿਹੜੀ ਹੈਗੀ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਅੰਮ੍ਰਿਤਸਰ ਜ਼ਿਲ੍ਹੇ ਦੇ ਅਧੀਨ ਪੈਂਦੇ ਦਰਿਆ ਬਿਆਸ ਦੇ ਖੇਤਰ ਦੇ ਵਿੱਚ ਅੱਜ ਕਹਿ ਸਕਦੇ ਹਾਂ ਕਿ 4 ਜਿਹੜੇ ਨੌਜਵਾਨ ਨੇ ਉਹ ਡੁੱਬਣ ਦੀ ਖਬਰ ਸਾਹਮਣੇ ਆਈ ਹੈ ਔਰ ਉਸ ਤੋਂ ਬਾਅਦ ਜਿਹੜੇ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਉਹ ਵੀ ਇੱਥੇ ਮੌਜੂਦ ਨੇ ਔਰ ਇਹ ਜਿਹੜੇ ਲੋਕ ਸੀਗੇ ਇਹ ਦੱਸਿਆ ਜਾ ਰਿਹਾ ਹੈ ਕਿ ਇੱਥੇ ਮੂਰਤੀ ਵਿਸਰਜਨ ਕਰਨ ਦੇ ਲਈ ਆਏ ਸੀਗੇ ਔਰ ਉਸ ਤੋਂ ਬਾਅਦ ਜਿਹੜਾ ਹੈਗਾ ਇਸ ਦੌਰਾਨ ਜਿਹੜੇ 4 ਯੁਵਕ ਸੀਗੇ 4 ਜਿਹੜੇ ਨੌਜਵਾਨ ਸੀਗੇ ਉਹ ਇੱਥੇ ਦਰਿਆ ਦੇ ਪਾਣੀ ਦੇ ਵਿੱਚ ਉਸ ਸਮੇਂ ਨਹਾ ਕੇ ਹਟੇ ਸੀਗੇ ਔਰ ਉਸ ਤੋਂ ਬਾਅਦ ਪਹਿਲਾਂ 3 ਨੌਜਵਾਨ ਜਿਹੜੇ ਨੇ ਉਹ ਲਾਪਤਾ ਹੁੰਦੇ ਨੇ, ਉਸ ਤੋਂ ਬਾਅਦ ਇੱਕ ਨੌਜਵਾਨ ਜਿਹੜਾ ਹੋਰ ਹੈ ਉਹ ਉੱਥੋਂ ਲਾਪਤਾ ਹੋ ਜਾਂਦਾ। ਤਾਂ ਮੇਰੇ ਨਾਲ ਇੱਕ ਨੌਜਵਾਨ ਦੇ ਜਿਹੜੇ ਪਿਤਾ ਨੇ ਉਹ ਮੌਜੂਦ ਨੇ, ਉਹਨਾਂ ਦੇ ਨਾਲ ਗੱਲ ਕਰਾਂਗੇ ਕੀ ਸਾਰਾ ਘਟਨਾਕ੍ਰਮ ਹੈਗਾ ਔਰ ਕਿਵੇਂ ਕਿਵੇਂ ਹੋਇਆ ਹੈਗਾ ਸਾਰਾ। ਕਿਆ ਨਾਮ ਹੈ ਆਪਣਾ? ਹਾਂਜੀ, ਪ੍ਰਕਾਸ਼। ਪ੍ਰਕਾਸ਼ ਜੀ, ਕਿਆ ਹੋਇਆ ਥਾ? ਉਹ ਨਹਾ ਰਹੇ ਥੇ, ਨਹਾਨੇ ਸੇ ਆਗੇ ਬੜ ਗਏ, ਡੁੱਬ ਗਏ। ਕਹਾਂ ਸੇ ਆਏ ਆਪ? ਗੜੇ ਸੇ। ਹਾਂਜੀ, ਜਲੰਧਰ ਗੜੇ ਸੇ। ਜਲੰਧਰ ਗੜੇ ਸੇ। ਹਾਂਜੀ। ਕਿਸ ਕੰਮ ਕੇ ਲਈ ਆਪ ਯਹਾਂ ਪੇ ਪਹੁੰਚੇ? ਮੂਰਤੀ ਲੈ ਕੇ ਆਏ ਥੇ। ਠੀਕ ਹੈ। ਮੂਰਤੀ ਦਫਨ ਕਰਨੇ ਕੇ ਲਈ। ਕਿਤਨੇ ਕੁੱਲ 4 ਹੀ ਹੈ ਲੜਕੇ ਜੋ? ਹਾਂ, ਬੂੜੇ 4 ਹੀ ਹੈ ਲੜਕੇ। ਕਿਆ ਕਿਆ ਉਮਰ ਹੈ ਉਨ੍ਹਾਂ ਦੀ? 17 18 19 ਐਸੇ ਹੀ ਹੈ। ਠੀਕ ਹੈ। ਚਾਰੋ ਭਾਈ ਸੇ। ਕਿਆ ਕਾਰਨ ਕਿਆ ਰਹਾ ਉਸਮੇ ਜੀ? ਸਰ ਉਸਮੇ ਕੁਛ ਨਹੀਂ ਥਾ, ਉਹ ਨਹਾ ਰਹੇ ਥੇ ਸਾਹਿਬ, ਡਾਟੇ ਗਏ, ਉਹ ਬਾਹਰ ਆ ਗਏ, ਫਿਰ ਜੰਗਲ ਸੇ ਪਾਸ ਮੇ ਨਿਕਲ ਗਏ, ਚਲੇ ਗਏ, ਆਗੇ ਦੇਖ ਨਹੀਂ ਪਾਇਆ ਹਮ ਲੋਗ, ਉਹ ਡੁੱਬ ਗਏ ਉਸਮੇ। ਅਭੀ ਪਾਣੀ ਕੀ ਰਫਤਾਰ ਕਿਤਨੀ ਹੈ, ਕਿਤਨਾ ਪਾਣੀ ਹੈ ਭਰਾ ਹੋਇਆ ਦਰਿਆ, ਤੋ ਆਪਨੇ ਰੋਕਾ ਨਹੀਂ ਉਸਕੋ? ਨਹੀਂ ਰੋਕਾ, ਲੇਕਿਨ ਚੁਪਕੇ ਸੇ ਨਿਕਲ ਗਿਆ, ਤੋ ਮੈਂ ਕਿਆ ਕਰ ਸਕਤਾ ਹੂੰ। ਪਾਣੀ ਉਮਰ ਕਿਤਨੀ ਹੈ? 18 ਸਾਲ ਹਮਾਰੇ ਲੜਕੇ ਕੀ। ਅਭੀ ਪੁਲਿਸ ਪਹੁੰਚੀ ਯਹਾਂ ਪੇ ਮੌਕੇ ਪੇ? ਹਾਂ, ਪੁਲਿਸ ਵੀ ਆਈ ਹੈ, ਜਾਂਚ ਲੈ ਕੇ ਆਇਆ। ਪਤਾ ਚੱਲ ਰਿਹਾ ਅਭੀ ਤੱਕ? ਨਹੀਂ, ਅਭੀ ਨਹੀਂ ਪਤਾ ਚਲਾ ਹੈ। ਕਿਤਨੀ ਦੇਰ ਹੋ ਗਈ? ਲਗਭਗ 3 ਘੰਟੇ ਹੋ ਗਏ ਜਾਂ 3 ਘੰਟੇ। ਹਾਂ, ਉਹ 2 ਵਜੇ ਕੀ ਬਾਤ ਹੈ। ਤੋ ਅਭੀ ਮਾਲੂਮ ਨਹੀਂ ਪੜ ਰਿਹਾ ਅਭੀ? ਨਹੀਂ, ਅਭੀ ਤੋ ਸਹੀ ਪਤਾ ਚੱਲ ਰਿਹਾ। ਕੋਈ ਗੋਤਾਖੋਰ ਵੀ ਲੱਗੇ ਯਹਾਂ ਪੇ? ਹਾਂ, 2-4 ਬੰਦੇ ਲੱਗੇ ਹੈ। ਕਰ ਰਹੇ ਹੈ ਟਰਾਈ? ਹਾਂ, ਕਰ ਰਹੇ ਹੈ। ਹੁਣ ਸਰ ਤੁਸੀਂ ਰਾਊਂਡ ਕਰਕੇ ਆਇਓ, ਕਿੰਨੀ ਕੁ ਦੂਰ ਤੱਕ ਜਾ ਕੇ ਆਏ? ਮੈਂ ਤੋ 3-4 ਕਿਲੋਮੀਟਰ ਅੱਗੇ ਤੱਕ ਜਾ ਗਿਆ। ਬਿਲਕੁਲ ਜੀ, ਬਿਲਕੁਲ। ਉੱਥੇ ਜਿਹੜੀ ਹੋਰ ਉਹਨੂੰ ਵਾਪਸ ਕੀਤਾ ਵਾ, ਅਤੇ ਬਾਕੀ ਅਸੀਂ ਸੰਦਰ ਦੇ ਨਾਲ ਠੀਕ ਹੈ। ਵੀ ਸਰ ਬੋਟ ਦੇ ਨਾਲ ਵੀ ਟਰਾਈ ਕਰ ਰਹੇ ਹੋ? ਉਹ ਵੀ ਫਿਲਹਾਲ ਜੋ ਸਾਨੂੰ ਗੋਤਾਖੋਰ ਨੇ ਬਤਾਇਆ ਕਿ ਉੱਥੇ ਨੇ ਘੁੰਮਣ ਕੇ ਰਹੀ, ਉਹ ਕਾਫੀ ਡੂੰਘਾ ਵਾ। ਕਹਿੰਦੇ ਵੀ ਉਹਦੇ ਵਿੱਚ ਜੋ ਸਾਡੇ ਉਹਨੇ ਬਹੁਤ ਮਿਹਨਤ ਕੀਤੀ, ਸਾਡੇ 3-4 ਬੰਦੇ ਨੇ ਉਹ ਵੇਟ ਕਰ ਰਹੇ ਉੱਥੇ ਖਲੋਤੇ। ਕੋਈ ਹੋਰ ਵੀ ਟੀਮਾਂ ਜਿਹੜੀਆਂ ਹੈਗੀਆਂ ਇਸ ਤੋਂ ਅਲੱਗ ਤੈਨਾਤ ਕਰ ਰਹੇ? ਬਿਲਕੁਲ, ਮੈਂ ਆਪਣੇ ਸੀਨੀਅਰ ਅਫਸਰ ਸਾਹਿਬਾਂ ਦੇ ਧਿਆਨ 'ਚ ਸਾਰੀ ਗੱਲ ਲਿਆ ਦਿੱਤੀ ਜੀ, ਮੇਰੇ ਡੀਐਸਪੀ ਨੂੰ ਆਪਣੇ ਤੌਰ 'ਤੇ ਬਾਰੇ ਸਿਵਲ ਪ੍ਰਸ਼ਾਸਨ ਨੇ ਸੂਚਿਤ ਕਰ ਦਿੱਤਾ। ਤਾਂ ਬਿਆਸ ਦਰਿਆ ਦੇ ਵਿੱਚ 4 ਨੌਜਵਾਨ ਡੁੱਬੇ ਨੇ, ਕਰੀਬ 3 ਘੰਟੇ ਤੋਂ ਜੋ ਕਿ ਲਾਪਤਾ ਦੱਸੇ ਜਾ ਰਹੇ ਨੇ। ਗੋਤਾਖੋਰਾਂ ਲਗਾਤਾਰ ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਅੱਜ ਹੁਣ ਤੱਕ ਦੀ ਜਾਣਕਾਰੀ ਸਾਹਮਣੇ ਆਈ ਕਿ ਜਲੰਧਰ ਤੋਂ ਮੂਰਤੀ ਵਿਸਰਜਨ ਕਰਨ ਦਰਸਲੇ ਨੌਜਵਾਨ ਆਏ ਸਨ ਅਤੇ ਇਸ ਦੇ ਬਾਅਦ ਨਹਾਉਣ ਲੱਗ ਪੈਂਦੇ ਨੇ। ਨਹਾਉਂਦੇ ਸਮੇਂ ਜਿਹੜਾ ਕਿ ਹਾਦਸਾ ਵਾਪਰ ਜਾਂਦਾ ਹੈ, ਜਦੋਂ 4 ਨੌਜਵਾਨ ਬਿਆਸ ਦਰਿਆ ਦੇ ਵਿੱਚ ਡੁੱਬ ਜਾਂਦੇ ਨੇ ਤਾਂ ਇਸ ਦੇ ਬਾਅਦ ਗੋਤਾਖੋਰਾਂ ਦੀਆਂ ਟੀਮਾਂ ਪਹੁੰਚੀਆਂ ਨੇ, ਪੁਲਿਸ ਦੀਆਂ ਟੀਮਾਂ ਮੌਕੇ 'ਤੇ ਮੌਜੂਦ ਨੇ ਅਤੇ ਲਗਾਤਾਰ ਇਹਨਾਂ 4 ਨੌਜਵਾਨਾਂ ਦੀ ਜੋ ਕਿ ਭਾਲ ਕੀਤੀ ਜਾ ਰਹੀ ਹੈ। ਫਿਲਹਾਲ ਇਹਨਾਂ 4 ਨੌਜਵਾਨਾਂ ਦਾ ਕੋਈ ਵੀ ਥੋ ਪਤਾ ਨਹੀਂ ਲੱਗ ਸਕਿਆ। ਦਰਅਸਲ ਬਿਆਸ ਦਰਿਆ ਦੇ ਵਿੱਚ 4 ਨੌਜਵਾਨ ਜੋ ਕਿ ਡੁੱਬੇ ਨੇ ਅਤੇ ਲਗਾਤਾਰ ਫਿਲਹਾਲ ਦੀ ਜੋ ਜਾਣਕਾਰੀ ਸਾਹਮਣੇ ਹੈ ਕਿ ਅਜੇ ਤੱਕ ਲਾਪਤਾ ਨੇ। ਹਾਲਾਂਕਿ ਲਗਾਤਾਰ ਗੋਤਾਖੋਰਾਂ ਦੀਆਂ ਟੀਮਾਂ ਦੇ ਵੱਲੋਂ ਇਹਨਾਂ 4 ਨੌਜਵਾਨਾਂ ਦੀ ਭਾਲ ਕੀਤੀ ਜਾ ਰਹੀ ਹੈ। ਪਰਵਾਹ ਕਰੇ ਗਏ ਉਹ ਬਸ 4 ਲੜਕਾ ਰਾਜ 4 ਨਾਏ ਆਏ ਆਏ ਦਾਦਾ ਕਾ ਕਰੇ ਆਏ ਆਪਣੇ ਜੁੜਤ ਤੋਂ ਆਏ ਜੁੜਤ ਤੋਂ ਆਏ ਆਏ ਭਈਆ ਮਿਲ ਜਾਤੇ ਹਮਾਰ।